ਅਫਗਾਨਿਸਤਾਨ ਦੇ ਕਾਬੁਲ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਰਾਏ ਸਾਹਿਬ ਉੱਪਰ ਹੋਏ ਹਮਲੇ 'ਚ ਮਾਰੇ ਗਏ ਮ੍ਰਿਤਕਾਂ 'ਚ ਇੱਕ ਮੁਸਲਿਮ ਮਹਰਮ ਅਲੀ ਸ਼ਗਾਸ਼ੀ ਵੀ ਸ਼ਾਮਲ ਸੀ। ਗੁਰਦੁਆਰਾ ਸਾਹਿਬ ਵਿੱਚ ਬਤੌਰ ਸੁਰੱਖਿਆ ਗਾਰਡ ਤੈਨਾਤ ਸ਼ਗਾਸ਼ੀ ਦੀ ਇਸ ਕੁਰਬਾਨੀ ਨੂੰ ਨਾ ਸਿਰਫ ਮੁਸਲਿਮ ਬਲਕਿ ਉੱਥੇ ਵਸਦਾ ਸਿੱਖ ਅਤੇ ਹਿੰਦੂ ਭਾਈਚਾਰਾ ਵੀ ਯਾਦ ਕਰ ਰਿਹਾ ਹੈ। ਸ਼ਗਾਸ਼ੀ ਹੀ ਉਹ ਸ਼ਖਸ ਸੀ ਜਿਸਨੇ ਅੰਨੇਵਾਹ ਗੋਲੀਬਾਰੀ ਕਰਦਿਆਂ ਗੁਰਦੁਆਰਾ ਸਾਹਿਬ ਵੱਲ ਵੱਧ ਰਹੇ ਦਹਿਸ਼ਤਗਰਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸਦੇ ਸਿਰ ਵਿੱਚ ਗੋਲੀ ਮਾਰੀ ਗਈ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਕਾਬੁਲ ਦੇ ਕਲਾਈ ਜਮਾਨ ਖਾਨ ਇਲਾਕੇ ਵਿੱਚ ਵਸਦੇ ਮਹਾਰਮ ਅਲੀ ਸ਼ਗਾਸ਼ੀ ਦੇ ਪਰਿਵਾਰ ਨੂੰ ਆਪਣੇ ਪੁੱਤਰ ਵੱਲੋਂ ਵਿਖਾਈ ਇਸ ਦਲੇਰੀ ਤੇ ਮਾਣ ਹੈ। ਮਹਾਰਮ ਅਲੀ ਸ਼ਗਾਸ਼ੀ ਨੂੰ ਅੰਤਿਮ ਵਿਦਾਈ ਦੇਣ ਤੋਂ ਬਾਅਦ ਨਮ ਅੱਖਾਂ ਨਾਲ ਉਸਦੀ ਹਾਲ ਬਿਆਨੀ ਕਰਦਿਆਂ ਉਸਦੇ ਪਰਿਵਾਰ ਤੇ ਹੋਰ ਜਾਣਕਾਰਾਂ ਨੇ ਦੱਸਿਆ ਕਿ ਮਹਾਰਮ ਗੁਰਦੁਆਰਾ ਸਾਹਿਬ ਵਿੱਚ ਬਤੌਰ ਸਿਕਿਉਰਿਟੀ ਗਾਰਡ ਤੈਨਾਤ ਸੀ। ਪਰਿਵਾਰ ਮੁਤਾਬਕ ਉਹਨਾਂ ਦੇ ਸਿੱਖ ਭਾਈਚਾਰੇ ਨਾਲ ਬੜੇ ਨਿੱਘੇ ਸੰਬੰਧ ਸਨ ਅਤੇ ਗੁਰਦੁਆਰਾ ਸਾਹਿਬ ਵਿੱਚ ਖੂਨੀ ਤਾਂਡਵ ਮਚਾਉਣ ਆਏ ਦਹਿਸ਼ਤਗਰਦਾਂ ਨੂੰ ਮੁਹਰਮ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਦਰਮਿਆਨ ਹਥਿਆਰਬੰਦ ਦਹਿਸ਼ਤਗਰਦਾਂ ਨਾਲ ਹੋਈ ਮੁੱਠਭੇੜ ਵਿੱਚ ਮਾਰਿਆ ਗਿਆ। ਮੁਹਰਮ ਦੇ 23 ਵਰ੍ਹਿਆਂ ਦੇ ਪੁੱਤਰ ਅਬਦੁਲ ਵਾਹਿਦ ਦਾ ਕਹਿਣਾ ਹੈ ਕਿ ਮੇਰੇ ਪਿਤਾ ਬੜੇ ਹੀ ਇਮਾਨਦਾਰ ਅਤੇ ਲਗਨ ਵਾਲੀ ਸ਼ਖਸੀਅਤ ਸਨ। ਉਸ ਵੇਲੇ ਹਥਿਆਰਬੰਦ ਨਹੀਂ ਸਨ, ਪਰ ਉਹਨਾਂ ਨੇ ਉਸ ਦਹਿਸ਼ਤਗਰਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦਰਮਿਆਨ ਉਸਨੇ ਇੱਕ ਗੋਲੀ ਉਹਨਾਂ ਦੇ ਮੋਢੇ ਵਿੱਚ ਮਾਰੀ। ਉਹ ਹੇਠਾਂ ਡਿੱਗ ਪਏ, ਪਰ ਉਹਨਾਂ ਨੇ ਮੁੜ ਉੱਠਦਿਆਂ ਦਹਿਸ਼ਤਗਰਦ ਨੂੰ ਘੇਰ ਲਿਆ ਤਾਂ ਇਸ ਦਰਮਿਆਨ ਉਸਨੇ ਉਸਦੇ ਸਿਰ ਵਿੱਚ ਗੋਲੀ ਮਾਰੀ। ਉਸਦਾ ਕਹਿਣਾ ਕਿ ਕੁਝ ਪ੍ਰਤੱਖ ਦਰਸ਼ੀਆਂ ਨੇ ਦੱਸਣ ਮੁਤਾਬਕ ਉਸ ਵੇਲੇ ਮੁੱਖ ਗੇਟ ਉੱਪਰ ਉਸਦੇ ਪਿਤਾ ਸਮੇਤ ਇੱਕ ਸਿੱਖ ਨੌਜਵਾਨ ਖੜਾ ਸੀ ਤਾਂ ਦਹਿਸ਼ਤਗਰਦਾਂ ਨੇ ਸਭ ਤੋਂ ਪਹਿਲਾਂ ਸਿੱਖ ਸੇਵਾਦਾਰ ਨੂੰ ਗੋਲੀ ਮਾਰੀ ਅਤੇ ਬਾਅਦ ਵਿੱਚ ਉਸਦੇ ਪਿਤਾ ਨੂੰ ਨਿਸ਼ਾਨਾ ਬਣਾਇਆ। ਅਬਦੁਲ ਮੁਤਾਬਕ ਮਹਰਮ ਨੂੰ ਆਪਣੀ ਇਸ ਨੌਕਰੀ ਦੇ ਰਿਸਕੀ ਹੋਣ ਦਾ ਪਤਾ ਸੀ, ਪਰ ਇਹ ਉਸ ਲਈ ਮਹਿਜ਼ ਰੁਜ਼ਗਾਰ ਨਹੀਂ ਸੀ। ਉਹ ਸਿੱਖ ਭਾਈਚਾਰੇ ਨਾਲ ਦਿਲੋਂ ਜੁੜਿਆ ਹੋਇਆ ਸੀ ਅਤੇ ਸਿੱਖ ਭਾਈਚਾਰੇ ਨਾਲ ਉਸਦੀ ਦਿਲੋਂ ਮੁਹੱਬਤ ਸੀ। ਉਹ ਹਮੇਸ਼ਾ ਸਿੱਖ, ਹਿੰਦੀ ਤੇ ਅਫਗਾਨ ਸਭ ਦੇ ਲਈ ਭਾਈ ਭਾਈ ਹੋਣ ਦੀ ਗੱਲ ਕਰਦਾ ਸੀ। ਉਹ ਪੂਰਾ ਹਫ਼ਤਾ ਗੁਰਦੁਆਰਾ ਸਾਹਿਬ ਵਿੱਚ ਹੀ ਰਹਿੰਦਾ ਸੀ ਤੇ ਹਫ਼ਤੇ 'ਚ ਸਿਰਫ ਇੱਕ ਦਿਨ ਹੀ ਘਰ ਆਉਂਦਾ ਸੀ। ਇਕੱਲੀ ਸੁਰੱਖਿਆ ਹੀ ਨਹੀਂ, ਉਹ ਦਿਨ ਰਾਤ ਗੁਰਦੁਆਰਾ ਸਾਹਿਬ ਵਿੱਚ ਸੇਵਾ ਵਿੱਚ ਵੀ ਲੱਗਾ ਰਹਿੰਦਾ ਸੀ। ਮੁਹਰਮ ਦਾ ਸਿੱਖ ਭਾਈਚਾਰੇ ਨਾਲ ਪਿਆਰ ਉਸ ਵੇਲੇ ਵਧਿਆ ਜਦੋਂ ਉਹ ਮਨਪਾਲ ਸਿੰਘ ਨਾਮੀ ਇੱਕ ਸਿੱਖ ਦੁਕਾਨਦਾਰ ਦੀ ਦੁਕਾਨ ਉੱਪਰ ਬਤੌਰ ਹੈਲਪਰ ਕੰਮ ਕਰਦਾ ਸੀ। ਮਨਪਾਲ ਸਿੰਘ ਬਾਅਦ ਵਿੱਚ ਭਾਰਤ ਆ ਗਏ, ਪਰ ਉਹਨਾਂ ਨੇ ਮਹਰਮ ਨੂੰ ਬੇਰੁਜ਼ਗਾਰ ਨਹੀਂ ਹੋਣ ਦਿੱਤਾ ਤੇ ਉਸ ਨੂੰ ਗੁਰਦੁਆਰਾ ਸਾਹਿਬ ਵਿੱਚ ਨੌਕਰੀ ਦਿਲਵਾ ਦਿੱਤਾ। ਮਨਪਾਲ ਸਿੰਘ ਜੋ ਇਸ ਵੇਲੇ ਹੁਣ ਦਿੱਲੀ ਵਿੱਚ ਹਨ, ਉਹਨਾਂ ਦਾ ਕਹਿਣਾ ਹੈ ਕਿ ਉਹ ਬੇਹੱਦ ਇਮਾਨਦਾਰ ਬੰਦਾ ਸੀ। ਹਾਲਾਤ ਖਰਾਬ ਹੋਣ ਦਰਮਿਆਨ ਮੈਂ ਉੱਥੋਂ ਇੰਡੀਆ ਆ ਗਿਆ, ਪਰ ਉਸ ਨੂੰ ਮੈਂ ਗੁਰਦੁਆਰਾ ਸਾਹਿਬ ਵਿੱਚ ਲਗਵਾ ਦਿੱਤਾ। ਮਹਰਮ ਦੀ ਛੋਟੀ ਉਮਰ ਦਾ ਪੁੱਤਰ ਹਾਲੇ ਇਸ ਦੁਨਿਆਵੀ ਝਮੇਲਿਆਂ ਤੋਂ ਬੇਖਬਰ ਹੈ। ਉਸਦਾ ਦਾਦਾ ਬਜ਼ੁਰਗ ਹੈ ਤੇ ਮਹਰਮ ਹੀ ਘਰ ਵਿੱਚ ਇਕੱਲਾ ਕਮਾਊ ਸੀ। ਉਹ ਹੁਣ ਪਰਿਵਾਰ ਦੇ ਗੁਜ਼ਾਰੇ ਨੂੰ ਲੈ ਕੇ ਫਿਕਰਮੰਦ ਹੈ। ਮਹਰਮ ਦੇ ਇੱਕ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਸਥਾਨਕ ਅਫਗਾਨ ਸਿੱਖ ਜਾਂ ਹਿੰਦੂ ਭਾਈਚਾਰੇ ਦੇ ਖਿਲਾਫ ਨਹੀਂ, ਉਹ ਸਾਡੇ ਭਰਾ ਹਨ, ਸਾਡੇ ਮੁਲਕ ਦਾ ਹਿੱਸਾ ਹਨ, ਪਰ ਦਹਿਸ਼ਤਗਰਦੀ ਤਾਕਤਾਂ ਨੂੰ ਇਹ ਭਾਈਚਾਰਾ ਪਸੰਦ ਨਹੀਂ, ਉਹ ਖੂਨ ਖਰਾਬਾ ਕਰਦੇ ਹਨ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।